ਸਾਂਝਾ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਫਾਰਮ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕਿ ਜਿੱਥੇ ਲਸਣ ਦੀ ਅੱਜ ਖੇਤੀ ਹੋਣੀ ਹੈ ਤੇ ਜਿਸ ਵਿੱਚ ਮਾਰਖਮ ਯੂਨੀਅਨ ਬਲ ਤੋਂ ਮੈਂਬਰ ਆਫ ਪਾਰਲੀਮੈਂਟ ਬਾਬਸ ਰੋਆ ਸਾਹਿਬ ਪਹੁੰਚੇ ਹੋਏ ਨੇ ਬ੍ਰੈਡਫੋਰਡ ਤੋਂ ਸਿਟੀ ਕਾਉਂਸਲਰ ਰਾਜ ਸੱਧੂ ਸਾਹਿਬ ਪਹੁੰਚੇ ਹੋਏ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਐਮ ਡੀ ਤੇ ਆਰ ਡੀ ਪਹੁੰਚੇ ਹੋਏ ਨੇ ਏਸ਼ੀਅਨ ਕਨੈਕਸ਼ਨ ਤੋਂ ਰੇਡੀਓ ਟੀਵੀ ਤੋਂ ਰਣਵੀਰ ਚੋਹਾਨ ਹੁਣੇ ਪਹੁੰਚੇ ਹੋਏ ਨੇ ਜਿਸ ਵਿੱਚ ਰਾਮ ਪਵਾਰ ਸਾਹਿਬ ਪਹੁੰਚੇ ਹੋਏ ਨੇ ਤੇ ਸैम ਭੁੱਲਰ ਸਾਹਿਬ, ਸਰਜੀਤ ਸੰਧੇ ਵਾਲੀਆ, ਵਿਜੇ ਜੀ ਮਾਲਟਨ ਤੋਂ ਇਸ ਦੇ ਨਾਲ ਮਾਲਟਨ ਤੋਂ ਭਜਨ ਸਿੰਘ ਜੀ ਪਹੁੰਚੇ ਹੋਏ ਨੇ। ਵਾਸੀ ਪਰਿਵਾਰ ਪਹੁੰਚੇ ਹੋਏ ਨੇ ਰਜੀਤ ਸਿੰਘ ਵਾਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੋਇਆ। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸਾਰਿਆਂ ਵੱਲੋਂ। ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਭਪਿੰਦਰ ਦੁੱਲੇ ਸਾਹਿਬ ਵੀ ਇੱਥੇ ਆਏ ਹੋਏ ਨੇ ਤੇ ਅੱਗੇ ਜਾ ਕੇ ਤੁਹਾਨੂੰ ਅਸੀਂ ਸਾਰਿਆਂ ਦੇ ਦਰਸ਼ਨ ਕਰਾਉਂਦੇ ਆ। ਅੱਜ ਸਾਡੇ ਟਰਫਾਲ ਗ੍ਰਾਊਂਡ ਫਾਰਮ ਤੇ ਬਹੁਤ ਹੀ ਵਧੀਆ ਸੁਹਾਵਣਾ ਮੌਸਮ 'ਚ ਸਾਡੇ ਬਹੁਤ ਸਤਿਮਾਨਯੋਗ ਬਾਬ ਸਰੋਆ ਜੋ ਦੋ ਵਾਰ ਐਮਪੀ ਬਣੇ ਨੇ ਮਾਰਕਮ ਤੋਂ ਬਾਈ ਰਾਜ ਸੰਧੂ ਜੀ ਡਿਪਟੀ ਮੇਅਰ ਬ੍ਰੈਂਟਫੋਰਡ ਤੇ ਹੋਰ ਕਾਫੀ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਦਾ ਸਮੇਂ ਦੀ ਘਾਟ ਕਾਰਨ ਅੱਜ ਉਹ ਸਾਡੇ ਆਰਗੇਨਿਕ ਫਾਰਮ 'ਚ ਇੱਥੇ ਆਏ ਹੋਏ ਆ ਜਿੱਥੇ ਸਿੰਕੁਜ ਕਿਸਾਨਾਂ ਨੇ ਗਾਰਲਿਕ ਦੀ ਬਿਨਾਰੈਸਪਰੇ ਦੀ ਖੇਤੀ ਦਾ ਗਾਜ਼ ਕੀਤਾ ਇਥੇ ਇਹ ਗਾਰਲਿਕ ਦੀ ਖੇਤੀ ਇੱਕ ਟਿਪ ਆਫ ਦਾ ਹਾਈਸਬਰਗ ਹੈ ਇਹਦੇ ਪਿੱਛੇ ਜਿਹੜੀ ਸਟੋਰੀ ਹੈ ਉਹ ਇਹ ਹੈ ਕਿ ਅਸੀਂ ਸਾਰੇ ਬਿਨਾਰੈਸਪਰੇ ਦਾ ਫੂਡ ਅਸੀਂ ਪੈਦਾ ਕਰਨ ਵਾਸਤੇ ਅਸੀਂ ਇੱਕ ਉਪਰਾਲਾ ਕਰਨਾ ਸ਼ੁਰੂ ਕਰਨਾ ਚਾਹੁੰਦੇ ਸੀ ਕਿਉਂਕਿ ਸਾਡਾ ਜਿਹੜਾ ਕੰਟਰੀ ਹੈ ਕੈਨੇਡਾ ਇਹਦੇ ਕੋਲ ਸਰਪਲਸ ਲੈਂਡ ਹੈ ਸਰਪਲਸ ਵਾਟਰ ਹੈਗਾ ਸੰਸਾਰ ਦੇ ਵਿੱਚ ਸਭ ਤੋਂ ਬੈਸਟ ਪਾਣੀ ਇੱਥੇ ਹੈ ਵਧੀਆ ਲੈਂਡ ਹੈਗੀ ਇੱਥੇ ਪਰ ਅਨਫੋਰਚਨਟਲੀ ਜਿਹੜੇ ਕਿਸਾਨ ਨੇ ਉਹ ਕੰਟੀਨਿਊਸਲੀ ਵੀਰ ਕੰਟਰੋਲ ਵਾਸਤੇ ਬਹੁਤ ਰਾਉਂਡ ਅਪ ਵਰਗੀਆਂ ਜਿਹੜੀਆਂ 스프ਰੇਆਂ ਦੀ ਵਰਤੋਂ ਕਰਦੇ ਆ ਤਾਂ ਇਹ ਸਾਡੀ ਕੈਨੇਡਾ ਜਿਹੜੀ ਹੈਗੀ ਆ ਇਹ ਕਰਮ ਭੂਮੀ ਹੈ ਹਿੰਦੁਸਤਾਨ ਸਾਡੀ ਜਨਮ ਭੂਮੀ ਹੈ ਦੋਨੋਂ ਹੀ ਬੜੀਆਂ ਮਹਾਨ ਨੇ ਸਾਡਾ ਇੱਕ ਦਾਇਤਤਾ ਸਾਡਾ ਇੱਕ ਫਰਜ਼ ਬਣ ਜਾਂਦਾ ਹੈ ਸਾਡੀ ਇੱਕ ਜਵਾਬ ਬਣ ਜਾਂਦੀ ਹੈ ਕਿ ਅਸੀਂ ਇੱਥੋਂ ਦੀ ਧਰਤੀ ਨੂੰ ਇੱਥੋਂ ਦੇ ਪਾਣੀ ਨੂੰ ਪੌਦਿਆਂ ਨੂੰ ਪੰਛੀਆਂ ਨੂੰ ਬਚਾਈਏ ਤੇ ਬਚਾਉਣ ਦਾ ਪ੍ਰਾਲਾ ਕਰੀਏ ਪੋਲੂਸ਼ਨ ਫ੍ਰੀ ਕੰਟਰੀ ਜਿਹੜਾ ਅਸੀਂ ਬਣਾਈਏ ਇਹ ਸਾਰਾ ਸਬਜੈਕਟ ਜਿਹੜਾ ਇਹ ਫੂਡ ਦੇ ਨਾਲ ਰਿਲੇਟਡ ਹੈ ਜੇ ਅਸੀਂ ਰਾਉਂਡ ਦਾ ਗਲੋਬ ਜਿਹੜਾ ਸਾਰੇ ਸੰਸਾਰ ਦਾ ਦੌਰਾ ਕਰੀਏ ਤਾਂ ਸਾਨੂੰ ਕਈ ਥਾਵਾਂ ਤੇ ਜਿੱਥੇ-ਜਿੱਥੇ ਬੰਦਾਂ ਦੀ ਜਿਹੜੀ ਏਜ ਤੇ ਸਿਹਤ ਬੜੀ ਵਧੀਆ ਹੈ ਜਿਵੇਂ ਜਾਪਾਨ ਹੈਗਾ ਜਾਂ ਕਸ਼ਮੀਰ ਵਾਲੇ ਪਾਸੇ ਹੁੰਜਾ ਵੈਲੀ ਦੇ ਲੋਕ ਨੇ ਜਰਮਨ ਦੇ ਵਿੱਚ ਕੁਝ ਲੋਕ ਨੇ ਕਬੀਲੇ ਨੇ ਜਿਹੜੇ ਗੁੱਡ ਫੂਡ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਬਿਮਾਰੀਆਂ ਤੋਂ ਬਿਨਾ ਜੀਵਨ ਜਿਉਂਦੇ ਆ ਆ ਉਹਦਾ ਕਾਰਨ ਇਹ ਸੀ ਕਿ ਉਹਨਾਂ ਦਾ ਜਿਹੜਾ ਫੂਡ ਸੀਗਾ ਉਹ ਬਿਨਾਂ ਰੇਸਪੀਰੇ ਵਾਲਾ ਸੀ ਔਰ ਪਲਾਂਟ ਫੂਡ ਸੀ ਪਲਾਂਟ ਬੇਸਡ ਉਹਨਾਂ ਦੀ ਜਿਹੜੀ ਡਾਈਟ ਸੀਗੀ ਤ ਸਾਡਾ ਇਹ ਸੀ ਕਿ ਅਸੀਂ ਕੈਨੇਡੀਅਨ ਬੱਚਿਆਂ ਦੀ ਸਿਹਤ ਨੂੰ ਕੈਨੇਡੀਅਨ ਲੋਕਾਂ ਦੀ ਹੈਲਥ ਨੂੰ ਜਿੱਥੇ ਕਿ ਲੋਕ ਦਿਨੋ-ਦਿਨ ਰੋਗਾਂ ਦਾ ਸ਼ਿਕਾਰ ਹੁੰਦੇ ਆ ਉਹਦਾ ਰੀਜ਼ਨ ਇਹੀ ਹੈ ਕਿ ਜਿਹੜਾ ਸਾਰਾ ਖੇਤਾਂ ਦੇ ਜਿਹੜੇ ਫਾਰਮਰ ਨੇ ਪੰਜਾਬ ਦੇ ਫਾਰਮਰਾਂ ਵਾਂਗੂ ਹਿੰਦੂਸਤਾਨ ਦੇ ਫਾਰਮਰਾਂ ਵਾਂਗੂ ਇਹ ਅਣਜਾਣ ਨੇ ਇਹਨਾਂ ਨੂੰ ਜਾਣਕਾਰੀ ਦੀ ਲੋੜ ਹੈ ਇਹਨਾਂ ਨੂੰ ਜਾਗਰੂਕਤਾ ਦੀ ਲੋੜ ਹੈ ਸੋ ਸਾਡਾ ਜਿਹੜਾ ਮੰਤਵ ਹੈਗਾ ਉਹ ਸਮੁੱਚੇ ਕੈਨੇਡਾ ਦੀ ਲੈਂਡ ਨੂੰ ਬਚਾਉਣ ਦਾ ਸਮੁੱਚੇ ਪਾਣੀ ਨੂੰ ਬਚਾਉਣ ਦਾ ਜੇ ਅਸੀਂ ਨਾ ਹੁਣ ਜਾ ਕੇ ਤਾਂ ਆਉਣ ਵਾਲੀਆਂ ਜਨਰੇਸ਼ਨਸ ਨੇ ਸਾਨੂੰ ਸਵਾਲ ਕਰਨਾ ਹੈ ਕਿ ਕਿਸੇ ਵੀ ਪੰਜਾਬੀ ਬੰਦੇ ਨੇ ਤੁਸੀਂ ਟਰੱਕ ਚਲਾਇਆ ਤੁਸੀਂ ਟੈਕਸੀਆਂ ਚਲਾਈਆਂ ਤੁਸੀਂ ਆਪਣੇ ਬਿਜ਼ਨਸ ਚਲਾਏ ਤੁਸੀਂ ਪੈਸੇ ਕਮਾਏ ਪਰ ਤੁਸੀਂ ਪਾਣੀ ਤੇ ਧਰਤੀ ਨੂੰ ਨਹੀਂ ਬਚਾ ਸਕੇ ਸੋ ਸਾਡਾ ਇਹ ਇੱਕ ਪਰਾਲਾ ਹੈ ਜਿਹਦੇ ਪਿੱਛੇ ਫਲਸਫੀ ਇਹੀ ਕੰਮ ਕਰਦੀ ਹੈ ਕਿਸੇ ਨੇ ਕਿਹਾ ਸੀ ਕਿ ਜੈਸਾ ਅੰਨ ਤੈਸਾ ਮਨ ਜੈਸਾ ਮਨ ਤੈਸੇ ਵਿਚਾਰ ਜਿਹੋ ਜਿਹੇ ਵਿਚਾਰ ਉਹੋ ਜਿਹੇ ਕਰਮ ਤੇ ਜਿਹੋ ਜਿਹੇ ਕਰਮ ਹੋ ਜਾ ਫਲ ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਪਾਣੀ ਨੂੰ ਪਿਤਾ ਕਿਹਾ ਤੇ ਧਰਤੀ ਨੂੰ ਮਾਂ ਆਖਿਆ ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਸੀ ਅਜੇ ਵੀ ਦੇਰ ਨਹੀਂ ਹੋਈ ਹਜੇ ਵੀ ਸਾਡੇ ਕੋਲ ਸਮਾਂ ਹੈ ਜੇ ਅਸੀਂ ਕਮਿਊਨਿਟੀ ਦੇ ਤਰ ਦੇ ਫਿਰਦੇ ਲੋਕ ਮੀਡੀਆ ਦੇ ਲੋਕ ਪੋਲਿਟਿਕਲ ਲੋਕ ਗੁਰਦੁਆਰਾ ਸਾਹਿਬਾਨ ਦੇ ਲੀਡਰ ਮੰਦਰਾਂ ਦੇ ਲੀਡਰ ਜਾਂ ਹੋਰ ਜਿਹੜੇ ਐਨਜੀਓਜ਼ ਕਬੱਡੀ ਕਲੱਬਾਂ ਨੇ ਜੇ ਹਜੇ ਵੀ ਅਸੀਂ ਇੱਕ ਸਿਰ ਜੋੜ ਕੇ ਚੱਲੀਏ ਤਾਂ ਸਾਡੀ ਕਮਿਊਨਿਟੀ ਕੋਲ ਸਾਡੀ ਕੌਮ ਦੇ ਕੋਲ ਸਾਡੇ ਲੋਕਾਂ ਦੇ ਕੋਲ ਇੰਨੀ ਕਿ ਸ਼ਕਤੀ ਹੈ ਕਿ ਅਸੀਂ ਬਹੁਤ ਹੱਦ ਤੱਕ ਕੈਨੇਡੀਅਨ ਲੈਂਡ ਨੂੰ ਕੈਨੇਡੀਅਨ ਵਾਟਰ ਨੂੰ ਆਉਣ ਵਾਲੀਆਂ ਨਸਲਾਂ ਦੇ ਲਈ ਸੰਸਾਰ ਦੀਆਂ ਨਸਲਾਂ ਦੇ ਲਈ ਕਿਉਂਕਿ ਇਹੀ ਇੱਕ ਕੰਟਰੀ ਹੈ ਜਿਹਦੇ ਕੋਲੇ ਪਾਣੀ ਬਹੁਤ ਜ਼ਿਆਦਾ ਤੇ ਧਰਤੀ ਬਹੁਤ ਜ਼ਿਆਦਾ ਹੈ। ਸੋ ਸਾਡਾ ਇੱਕ ਲੰਬਾ ਵਿਸ਼ਾਲ ਨਿਸ਼ਾਨਾ ਹੈ ਤੇ ਉਹਦੇ ਲਈ ਅਸੀਂ ਯਤਨਸ਼ੀਲ ਰਵਾਂਗੇ ਸੋ ਗੁਰੂ ਮਹਾਰਾਜ ਕਿਰਪਾ ਕਰੇ। ਅੱਜ ਅਸੀਂ ਸਾਰੇ ਸੈਂਪਲਰ ਹੁਣਾ ਦੇ ਤੇ ਸਰਜੀਤ ਵੀਰ ਜੀ ਹੁਣਾ ਦੇ অর্ਗੈਨਿਕ ਫਾਰਮ ਤੇ ਆਏ ਆ ਗਾਰਲਿਕ ਫਾਰਮ ਤੇ ਤੇ ਮੇਰਾ ਨਾਮ ਰਾਜ ਸਿੰਧੂ ਹੈ ਜੀ ਮੈਂ ਬ੍ਰੈਡਫੁੱਡ ਤੋਂ ਟਾਊਨ ਕਾਉਂਸਲਰ ਹਾਂ ਤੇ ਐਜ਼ ਮੈਨੀ ਆਫ ਯੂ ਊਡ ਨੋ ਕਿ ਬ੍ਰੈਡਫੁੱਡ ਜਿਹੜਾ ਆ ਸਾਡਾ ਖੇਤੀ ਪ੍ਰਧਾਨ ਸ਼ਹਿਰ ਆ ਹਾਲੈਂਡ ਮਾਰਸ਼ ਜਿਹੜਾ ਆ ਉਹਦੇ ਵਿੱਚ ਆਉਂਦਾ ਆ ਸੋ ਮੈਨੂੰ ਬੜਾ ਚੰਗਾ ਲੱਗਾ ਇੱਥੇ ਆ ਕੇ ਜਿਹੜੀ ਅਸੀਂ ਇੱਥੇ ਦੇਖਦੇ ਆਂ ਵੀ ਆਰਗੈਨਿਕ ਹੈ ਖੇਤੀ ਸ਼ੁਰੂ ਕਰਨ ਲੱਗੇ ਆ ਲਸਣ ਦੀ ਮੈਂ ਸਾਂਝਦਾ ਕਿ ਬਹੁਤ ਵਧੀਆ ਆਈਡੀਆ ਆ ਆ ਇਦਾਂ ਦੇ ਆਈਡੀਏ ਇਹਨਾਂ ਵੀਰਾਂ ਨੂੰ ਆਪਣੇ ਪੰਜਾਬ 'ਚ ਵੀ ਦੇਣੇ ਚਾਹੀਦੇ ਜਿਵੇਂ ਅਸੀਂ ਦੇਖਣਦੇ ਆਂ ਵੀ ਸਾਡਾ ਜਿਹੜਾ ਕਿਸਾਨ ਵੀਰ ਆਓ ਕਿਵੇਂ ਸਟਰਗਲ ਕਰ ਰਹੇ ਆ ਪਰ ਉਹ 84 ਦੇ ਗੇੜ ਚ ਹੀ ਪਏ ਆ ਵੀ ਇੱਕ ਦੋ ਫਸਲ ਦੇ ਗੇੜ ਚ ਉਦਹੀਂ ਉਹਨਾਂ ਨੂੰ ਵੀ ਇਹ ਆਈਡੀਆ ਦੇਣੇ ਚਾਹੀਦੇ ਮੈਨੂੰ ਇਹਨਾਂ ਦਾ ਅਪਰਾਲਾ ਬਹੁਤ ਵਧੀਆ ਲੱਗਾ ਮੈਂ ਇਹਨਾਂ ਨੂੰ ਜਿੱਥੇ ਬੈਸਟ ਵਿਸ਼ਸ ਦਿਨਾ ਆ ਉਥੇ ਨਾਲ ਹੀ ਇਹਨਾਂ ਨੂੰ ਇਹ ਵੀ ਰਿਕਵੈਸਟ ਕਰੂੰਗਾ ਵੀ ਇਹ ਆਈਡੀਆ ਆਪਣੇ ਪਿੱਛੇ ਵੀ ਆਪਣੇ ਵੀਰਾਂ ਦੀ ਬਾਹ ਫੜਨ ਥੈਂਕ ਯੂ ਵੈਲ ਗੁੱਡ ਜੀ ਖਾਲਸਾ ਵੈਲ ਗੁੱਡ ਜੀ ਫਤਿਹ ਸਤਿ ਸ਼੍ਰੀ ਅਕਾਲ ਸਾਡੇ ਸਾਂਝਾ ਪੰਜਾਬ ਪ੍ਰੋਗਰਾਮ ਦੇ ਦੇਖਣ ਵਾਲੇ ਤੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਥੇ ਸ਼ਮਸ਼ੇਪ ਸਿੰਘ ਬੁੱਲਰ ਹੋਣੀ ਤਾਂ ਸਰਜੀਤ ਸਿੰਘ ਹੋਣਾ ਦੇ ਫਾਰਮ ਦੇ ਵਿੱਚ ਜੋਰਜ ਟਾਊਨ ਪਹੁੰਚੇ ਹੈਗੇ ਜੋਰਜ ਟਾਊਨ ਦੇ ਵਿੱਚ ਇਹ ਆਪਣਾ ਨਵੀਂ ਫਸਲ ਔਰਗੈਨਿਕ گارਲਿਕ ਗ로우 ਕਰਨਗੇ ਜਿਹਦੇ ਵਿੱਚ ਸਾਡਾ ਸਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਆਪਣਾ ਯੂਰੀਆ ਪਾ ਕੇ ਡੈਮੋਨੀਆ ਫਾਸਫੋਰਸ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਜਿੰਨੀਆਂ ਵੀ ਸਾਰੀਆਂ ਪੁਰਾਣੀਆਂ ਪੁਰਾਣੀਆਂ ਖਾਦਾਂ ਮੈਨੂੰ ਸਾਰਿਆਂ ਦਾ ਚੇਤਾ ਸੀ ਛੋਟੇ ਹੁੰਦੇ ਛੱਟਾ ਦਿੰਦੇ ਰਹੇ ਆ ਪੁਣੇ ਸਾਰੀ ਧਰਤੀ ਦਾ ਤੇ ਸਾਡੇ ਲੋਕਾਂ ਦਾ ਹੈਲਥ ਇਸ਼ੂ ਹੈ ਗਿਆ ਜ਼ਮੀਨ ਵੀ ਸਾਰੀ ਅਨਫਰਟਾਈਲਾਈਜ਼ਰ ਹੋ ਗਈ ਆ ਆਪਣੇ ਭੁੱਲਰ ਸਾਹਿਬ ਤੇ ਸਜੀਤ ਸਿੰਘ ਹੁਣੀ ਇਹ ਨਵੀਂ ਕੈਸ਼ ਕ੍ਰੌਪ ਲੈ ਕੇ ਆਉਣਗੇ ਜਿਹੜੀ ਕਿ ਆਰਗੈਨਿਕ ਹੋਵੇਗੀ ਤੇ ਮੈਂ ਆਪਣੇ ਸਾਰੇ ਕਿਸਾਨਾਂ ਨੂੰ ਜਿੰਨੇ ਵੀ ਆਪਣੇ ਸੁਣਦੇ ਹੈਗੇ ਅਸੀਂ ਸਾਰੇ ਕਿਸਾਨ ਐਸੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਅਸੀਂ ਆਇਆ ਸੀ ਸਾਰੇ ਇੱਕੋ ਹੀ ਆ ਤੇ ਵਿੱਚ ਨੋ ਡਿਫਰੈਂਸ ਸਾਡੇ ਵਿੱਚ ਹੈ ਨਹੀਂ ਕੋਈ ਸਾਰਿਆਂ ਨੂੰ ਜਿਹੜੇ ਇਹਨਾਂ ਦੇ ਆਪਣੇ ਪਿੱਛੇ ਵੀ ਫਾਰਮ ਹੈਗੇ ਜੋ ਕੋ ਪਿੱਛੇ ਵੀ ਹੋ ਸਕਦਾ ਤਾਂ ਉਹਨਾਂ ਨੂੰ ਆਰਗੈਨਿਕ ਕ੍ਰੌਪਸ ਅਗੋਨੀਆਂ ਚਾਹੀਦੀਆਂ organic but this is the future it's just something to do with the, uh, the health something to do with the climate uh, greenhouse and, and all those things ਜਿੰਨਾ ਵੀ ਅਸੀਂ ਜ਼ਿਆਦਾ ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਸਾਰੀਆਂ ਚੀਜ਼ਾਂ ਤੇ ਉਹਨਾਂ ਦਾ ਇਫੈਕਟ ਆਉਂਦਾ ਤੇ ਅਗਰ ਦਾਸ ਨੂੰ ਕਦੀ ਕਿਸੇ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਮੇਰੀ ਲੋੜ ਆ ਕੋਈ ਆਲਵੇਜ਼ ਅਵੇਲੇਬਲ 9054702024 ਮੇਰੇ ਦਫ਼ਤਰ ਦਾ ਨੰਬਰ ਹੈਗਾ ਕਦੀ ਕਿਸੇ ਭੈਣ ਭਰਾ ਨੂੰ ਕੋਈ ਤਕਲੀਫ ਹੋਵੇ ਕਿਸ ਤਰ੍ਹਾਂ ਦੀ ਵੀ ਹੋਵੇ ਕਦੀ ਵੀ ਤੁਹਾਡੇ ਲਈ ਤੁਹਾਡੇ ਨਾਲ ਖੜੇ ਹੋਵਾਂਗੇ ਸਾਂਝਾ ਪੰਜਾਬ ਦੇਖ ਰਹੇ ਸਾਰੇ ਦਸਕਾਣੋਂ ਮੇਰੇ ਵੱਲੋਂ ਰਣਵੀਰ ਚੋਹਣ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਤੇ ਸਲਾਮ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਆਪਣੀ ਕਮਿਊਨਿਟੀ ਦੇ ਲੋਕ ਤਰੱਕੀ ਕਰਦੇ ਹੈ ਬੜਾ ਮਨ ਖੁਸ਼ ਹੁੰਦਾ ਅਸੀਂ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਬੜੀ ਬੜੇ ਮਾਰ ਕੇ ਮਾਰੇ ਨੇ ਲੇਕਿਨ ਅੱਜ ਇੱਕ ਯੂਨੀਕ ਜੀ ਚੀਜ਼ ਲੱਗੀ ਮਨ ਨੂੰ ਅੱਜ ਪੁੱਲਰ ਸਾਹਿਬ ਨੂੰ ਵਧਾਈ ਦਿੰਦੇ ਨੇ ਸ਼ਮਸ਼ੇਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਆਂ ਸੀ ਕਿ ਜਿਹੜਾ ਕਿ ਆਰਗੈਨਿਕ ਲਸਣ ਦਾ ਜਿਹੜਾ ਕਿ ਇਹਨਾਂ ਨੇ ਫਾਰਮ ਹਾਊਸ ਤੇ ਪਹੁੰਚਿਆ ਸੀ ਅੱਜ ਸੋ ਇਹ ਚੀਜ਼ਾਂ ਦੀ ਲੋੜ ਸੀ ਬੜੀ ਦੇਰ ਤੋਂ ਕਿਸਾਨਾਂ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਆਰਗੇਨਿਕ ਸਬਜ਼ੀਆਂ ਦਾ ਕੀ ਡਿਫਰੈਂਸ ਹੈ ਬਾਕੀ ਨਾਲੋਂ ਸਿਹਤ ਤੇ ਬਹੁਤ ਚੀਜ਼ਾਂ ਅਸਰ ਕਰਦੀਆਂ ਤੇ ਅਸੀਂ ਪੁਲਿਸ ਸਾਹਿਬ ਨੂੰ ਸਾਮ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਆਂ ਔਰ ਇਹਨਾਂ ਦੇ ਫਾਰਮ ਤੇ ਸ੍ਰੀ ਖੜਿਆ ਉਹਨਾਂ ਨੂੰ ਮੁਬਾਰਕਬਾਦ ਵੀ ਦੇ ਰਹੇ ਆਂ ਔਰ ਇਹ ਚਾਹੁੰਦੇ ਕਿ ਇਦਾਂ ਹੀ ਤਰੱਕੀਆਂ ਕਰਦੇ ਰਹੋ ਔਰ ਬਾਕੀ ਲੋਕ ਵੀ ਇਹਨਾਂ ਤੋਂ ਸਿੱਖਣ ਚੰਗੀਆਂ ਚੀਜ਼ਾਂ ਅਸੀਂ ਉਪਜਾਈਏ ਤਾਂ ਕਿ ਸਿਹਤ ਦਾ ਸਾਡਾ ਖਿਆਲ ਰਹੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਕੋਰੋਨਾ ਆ ਰਿਹਾ ਹੈ ਹਰ ਚੀਜ਼ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਇਧਰ ਲਈ ਇੱਕ ਵਾਰ ਫੇਰ ਇਹਨਾਂ ਦੀ ਪੂਰੀ ਟੀਮ ਨੂੰ ਸਾਂਝਾ ਪੰਜਾਬ ਦੀ ਟੀਮ ਵੱਲੋਂ ਸਾਡੇ ਵੱਲੋਂ ਰਣਵੀਰ ਚੋਹਾਨ ਵੱਲੋਂ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਮਸਤ ਭਾਈਚਾਰੇ ਨੂੰ ਪਿਆਰ ਭਰੀ ਪ੍ਰਣਾਮ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਉਰੇ ਆਏ ਹੋਏ ਹਾਂ ਸੈਮ ਪੁੱਲਰ ਤੇ ਸੁਰਜੀਤ ਭਾਜੀ ਦੇ ਆਰਗੈਨਿਕ ਫਾਰਮਿੰਗ ਦੇ ਫਾਰਮ ਤੇ ਤੇ ਇਨਸਾਨ ਜਦ ਕਮਿਊਨਿਟੀ ਨੂੰ ਗਿਵ ਬੈਕ ਕਰਦਾ ਤਿੰਨ ਫੀਲਡਾਂ ਚੋਂ ਉਹਨੂੰ ਯੋਗਦਾਨ ਦੇਣਾ ਚਾਹੀਦਾ ਐਜੂਕੇਸ਼ਨ ਰੋਜ਼ਗਾਰ ਤੇ ਹੈਲਥ অর্ਗੈਨਿਕ ਖੇਤੀ ਆਪਣੇ ਪਰੰਪਰਾਗਤ ਤਰੀਕਿਆਂ ਨਾਲ ਜਿੱਦਾਂ ਪਹਿਲਾਂ ਹੁੰਦੀ ਸੀਗੀ ਉਹ ਅੱਜ ਦੇ ਟਾਈਮ ਦੀ ਜ਼ਰੂਰਤ ਵੀ ਹੈ ਤੇ ਡਿਮਾਂਡ ਵੀ ਹੈ ਕਿਉਂਕਿ ਹੈਲਥ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਅਸੀਂ ਇਹਨਾਂ ਭਾਈਆਂ ਨੂੰ surjit பாਜੀ ਨੂੰ ਤੇ saim pullar பாਜੀ ਨੂੰ ਵਧਾਈ ਦਿੰਦੇ ਹਾਂ ਸਸ਼ਵਕਲ ਜੀ ਅੱਜ ਮੈਂ ਮਨੂ ਮਨੁਦਤਾ ਐਮ ਡੀ ਅਤੇ ਆਰਡੀ ਸਾਹਿਬ ਰਿਪਰਮੈਂਟਿੰਗ ਟਿਲੋਂ ਐਂਡ ਆਈਸੀਸੀ ਇਮੀਗ੍ਰੇਸ਼ਨ ਤੋਂ ਹੈਗੇ ਆ ਅੱਜ ਅਸੀਂ ਮੁਬਾਰਕਾਂ ਦੇਣ ਆਏ ਹੋਏ ਆ ਭੁੱਲਰ ਸਾਹਿਬ ਤੇ ਸੁਜੀਤ ਭਾਜੀ ਵੱਲੋਂ ਇੱਕ ਬੜਾ ਫਰਸਟ ਕਲਾਸ ਉਪਰਾਲਾ ਕੀਤਾ ਗਿਆ ਆ অর্ਗੈਨਿਕ ਖੇਤੀ ਦਾ ਐਂਡ ਵੀ ਵਿਸ਼ ਥੈਮ 올 द वेरी बेस्ट ਐਂਡ ਅਜ ਦੀ ਤਰੀਕ ਦੇ ਵਿੱਚ ਜੋ ਉਪਰਾਲਾ ਭਾਜੀ ਹੋਣਾ ਨੇ ਕੀਤਾ ਹੈਗਾ ਇਹੋ ਜੇ ਉਪਰਾਲੇ ਸਾਰੇ ਜ਼ਮੀਂਦਾਰ ਇੱਥੇ ਆ ਕੇ ਕੈਨੇਡਾ ਕਰ ਸਕਦੇ ਨੇ ਓਨਲੀ ਥਿੰਗ ਇਜ਼ ਵਿਜ਼ਨ ਹੋਣੀ ਚਾਹੀਦੀ ਭਾਜੀ ਹੋਣਾ ਵਰਗੀ ਐਂਡ ਇਸ ਵਿਜ਼ਨ ਨੂੰ ਲੈ ਕੇ ਇੱਥੇ ਸਟੈਬਲਿਸ਼ ਵੀ ਕਰ ਸਕਦੇ ਹੋ ਬਿਜ਼ਨਸ ਵੀ ਕਰ ਸਕਦੇ ਹੋ ਐਂਡ ਇਮੀਗ੍ਰੇਸ਼ਨ ਵੀ ਲੈ ਸਕਦੇ ਹੋ ਸੋ ਆ ਇੱਕ ਇਹੋ ਜੀ ਚੀਜ਼ ਹੈ ਕਿ ਜਿਹਦਾ ਹਰ ਚੀਜ਼ ਦੇ ਵਿੱਚ ਤੁਸੀਂ ਫਾਇਦਾ ਚਾਹ ਸਕਦੇ ਹੋ ਸੋ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਾਂ ਜੀ ਭਰੀ ਉਹਨਾਂ ਨੂੰ ਥੈਂਕ ਯੂ ਵੈਰੀ ਮਚ ਔਰ ਪਾਜੀ ਤੁਹਾਨੂੰ ਸਰਜੀਤ ਪਾਜੀ ਔਰ ਆਪਣੇ ਸੈਮ ਪਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜਿਹੜਾ ਆਪਣੀ ਗੱਲ ਕੀਤੀ ਮਨੂ ਹਰਾਨੇ ਕਿ ਵੀ ਜਿਹੜੇ ਐਗਰੀਕਲਚਰ ਆਰਗੇਨਿਕ ਐਗਰੀਕਲਚਰ ਜਿਹੜੀ ਆਪਣੀ ਖੇਤੀਬਾੜੀ ਸ਼ੁਰੂ ਹੋਣ ਲੱਗੀ ਹੈ ਸੋ ਮੈਂ ਐਡਵਾਈਸ ਕਰਨਾ ਚਾਹਾਂਗਾ ਕਿ ਜਿੱਥੇ ਜਿੱਥੇ ਸਾਡੇ ਆਪਣੇ ਸਾਡੇ ਲਿਸਨਰਸ ਸਾਡੇ ਸਾਡੀ ਫੈਮਿਲੀ ਸਾਨੂੰ ਸੁਣਦੀਆਂ ਪਈਆਂ ਨੇ ਪੰਜਾਬ ਦੇ ਵਿੱਚ ਵੀ ਜੇ ਸੁਣ ਰਹੇ ਨੇ ਜਾਂ ਜਿਹੜੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਬੈਠੇ ਨੇ ਕਿ ਜੇ ਤੁਸੀਂ ਆਪਣੇ ਐਜ਼ ਐਨ ਐਗਰੀਕਲਚਰ ਬੇਸਿਸ ਦੇ ਉੱਤੇ ਕੈਨੇਡਾ ਦੇ ਵਿੱਚ ਆਣਾ ਚਾਹੁੰਦੇ ਕਿ ਜਿਹੜੀਆਂ ਆਪਰਚੂਨਿਟੀਆਂ ਜ ਉਨਾ ਵਾਸਤੇ ਮੈਂ ਐਡਵਾਈਸ ਕਰੂੰਗਾ ਕਿ ਤੁਸੀਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰਨਾ ਹੈ ਆਈਸੀਸੀ ਇਮੀਗ੍ਰੇਸ਼ਨ ਦੇ ਉੱਤੇ ਫੋਨ ਨੰਬਰ ਹੈਗਾ ਜੀ 905 4812422 ਬਹੁਤ-ਬਹੁਤ ਮੁਬਾਰਕਬਾਦ ਜਨਤਨ ਹੈ ਸੰਜਾ ਪੰਜਾਬ ਦੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਐਸ਼ੀਅਨ ਕਨੈਕਸ਼ਨ ਵੱਲੋਂ ਔਰ ਤੁਸੀਂ ਕਮਿਊਨਿਟੀ ਦਾ ਮਾਣ ਹੋ ਸਾਡੀ ਸ਼ਾਨ ਹੋ ਕਿਉਂਕਿ ਇਹੋ ਜਿਹਾ ਉਪਰਾਲਾ ਦੀ ਬੜੀ ਦੇਰ ਤੋਂ ਜ਼ਰੂਰਤ ਸੀ ਕਿਉਂਕਿ ਆਰਗੈਨਿਕ ਫੂਡ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਲੋੜ ਆਦੀ ਲੇਕਿਨ ਇਹਦਾ ਉਪਰਾਲਾ ਕਿਸ ਨੇ ਨਹੀਂ ਕੀਤਾ ਬੜੀ ਦੇਰ ਤੋਂ ਮੈਂ ਸੋਚ ਰਿਹਾ ਸੀ ਯਾਰ ਕਿ ਗੁਰਾਂ ਆਰਗੈਨਿਕ ਫੂਡ ਕਦੋਂ ਆ ਗੁਆਟ ਕੀਤੀ ਹੈ ਤੇ ਮੈਂ ਕਹਾਂਗਾ ਕਿ ਇਦਾਂ ਹੀ 1 ਬਾਈ 1 ਅੱਗੇ ਚੜਦੀ ਕਲਾ ਚ ਰਹੋ ਔਰ ਇਦਾਂ ਵਧਦੇ ਰਹੋ ਤੇ ਤੁਹਾਡੀ ਟੀਮ ਨੂੰ ਸਹਿਮ ਸਾਹਿਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਾਬ ਦਸਾਨ ਜੀ ਵੀ ਆਪਣੀ پوری ਟੀਮ ਲੈ ਕੇ ਆਏ ਨੇ ਤੇ ਇਹ ਅਪਰਾਲਾ ਤੁਸੀਂ ਕੀਤਾ ਔਰ ਜਦੋਂ ਦੱਸਿਆ ਨਾ ਮੈਂ ਤਾਂ ਬਹੁਤ ਖੁਸ਼ ਹੋਇਆ ਤੇ ਮੈਂ ਕਹਾਂ ਜੀ ਮੈਂ ਤਾਂ ਜਾ ਕੇ ਮਿਲ ਕੇ ਵਧਾਈਆਂ ਦੇ ਕੇ ਆਉਣੀ ਆ ਨਹੀਂ ਨੋ ਪ੍ਰੋਬਲਮ ਸਾਡਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਇਹ ਅਪਰਾਲਾ ਕੀਤਾ ਤੇ ਇਦਾਂ ਹੀ ਦਿੰਦੂਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਔਰ ਦੇਖੋ ਸੇ ਤੁਸੀਂ ਬਖਸ਼ ਰਹੇ ਹੋ ਲੋਕਾਂ ਨੂੰ ਜ਼ਿੰਦਗੀ ਦੇ ਰਹੇ ਹੋ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਇਸ ਤੋਂ ਵੱਡਾ ਕੋ ਪੁੰਨ ਨਹੀਂ ਹੈ ਹਰ ਬੰਦਾ ਬਿਜ਼ਨਸ ਕਰਦਾ ਹੈ ਲੇਕਿਨ ਜਿਹੜੀ ਆ ਚੀਜ਼ ਤੁਸੀਂ ਦੇ ਰਹੇ ਹੋ ਕਮਿਊਨਿਟੀ ਨੂੰ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਕੇਂਦਰਪਾਲ ਸਿੰਘ ਦੇ ਨਾਲ ਕੁਝ ਗੱਲਾਂਬਾਤ ਅਸੀਂ ਕਰਾਂਗੇ ਤੁਸੀਂ ਜਿਹੜੀ ਖੇਤੀ ਇੱਥੇ ਹੋਣ ਜਾ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਕਿੰਨੀ ਖੇਤੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਇਹਦੀ ਕਾਫੀ ਜ਼ਰੂਰਤ ਸੀ ਯੂ نو ਅਸੀਂ ਕਹਿੰਦੇ ਦੇ ਵਿੱਚ ਸਿਰਫ 30% ਜਿਹੜੀ گارਲਿਕ ਯੂਜ਼ ਕਰਨੇ ਆ ਅਸੀਂ ਉਹਨੂੰ ਇੱਥੇ ਹੀ ਗ로우 ਕਰਨੇ ਆ ਬਾਕੀ ਸਾਰੀ گارਲਿਕ ਆਊਟ ਆਫ ਸਟੇਟ ਆਊਟ ਆਫ ਕੰਟਰੀਸ ਤੋਂ ਆ ਰਹੀ ਹੈ ਅਸੀਂ ਚਾਹੁੰਦੇ ਆ ਕਿ ਕਿ ਫਿਊਚਰ ਜਨਰੇਸ਼ਨਸ ਵਾਲੇ ਵੀ ਇਨਵੋਲਵ ਹੋਣ ਯੰਗ ਬੱਚੇ ਇੱਥੇ ਦੇ ਚੰਪਲ ਜਾਂ ਜਿਹੜੇ ਇੱਥਾਰ ਜਿਹੜੇ ਓ ਐਸ ਪੀ ਨੂੰ ਥੋੜਾ ਅਹਿਮਦ ਦਿਨ ਵੀ ਵਾਂਟ ਦਮ ਟੂ ਫੋਕਸ ਔਨ ਇਟ ਐਂਡ ਰੀਲੀ ਕਾਈਂਡ ਆ ਬ੍ਰਿੰਗ ਬੈਕ ਆਰਗੈਨਿਕ ਈਟਿੰਗ And respect for the land is a big issue too. It's not just the organic growing, these areas here, this land here, is being subject to a lot of fertilizers, toxins, herbicides and the organic growing will stop that so not only will we be growing organic food we'll be preserving the land so nothing toxic happens to our land so everything is really really positive here we want more people we are communities evolved we want more farmers involved so we can promote more healthy in eating and respect our land <laughs> ਔਰ ਮੈਨ ਲੱਗਾ ਕਿ ਇਹ ਸਾਡੇ ਜੀਟੀਏ ਦੀ ਕਰੀਮ ਅੰਟਰੀਓ ਦੀ ਕਰੀਮ ਹੈ ਜਿਹੜੇ ਲੋਕ ਸਾਡੇ ਕੋਲੇ ਆਏ ਆ ਸੋ ਅਸੀਂ ਸ਼ਮਸ਼ੇਰ ਸੈਮ ਪੁੱਲਰ ਸਰਜੀਤ ਚਵੇਲ ਵਾਲੀ ਪਾਜੀ ਮੋਨਜੀਤ ਪੁੱਲਰ ਸਾਹਿਬ ਜਗਤੇਸ਼ਵਰ ਬਰਾੜ ਤੇ ਸਾਡੀ ਸਾਰੀ ਜਿੰਨੀ ਟੀਮ ਹੈ ਅਸੀਂ ਰਲ ਕੇ ਇੱਕ ਕੋਸ਼ਿਸ਼ ਕਰ ਰਹੇ ਆ ਸਾਡਾ ਸਾਡੀ ਬੇਨਤੀ ਇਹੀ ਹੈ ਕਿ ਸਾਨੂੰ ਸਹਿਯੋਗ ਦਿਓ ਸਾਡਾ ਸਾਥ ਦਿਓ ਅਸੀਂ ਕੁਝ ਨਹੀਂ ਹੋਰ ਮੰਗਦੇ ਅਸੀਂ ਇਹ ਚਾਹੁੰਦੇ ਜਿਵੇਂ ਗੱਲਾਂ ਸਾਰੀਆਂ ਹੋ ਹੀ ਚੁੱਕੀਆਂ ਨੇ ਕਿ ਧਰਤੀ ਤੇ ਪਾਣੀ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਨਾਲ ਜੁੜੋ ਤੇ ਜਿਵੇਂ ਹੁਣ ਆ ਅੱਜ ਅੱਜ ਦਾ ਮੌਸਮ ਹੈ ਇਸ ਤਰ੍ਹਾਂ ਦਾ ਹੀ ਮੌਸਮ ਹੋਣਗੇ ਅਗਲੇ ਸਾਲ ਜਦੋਂ ਮਈ ਜੂਨ ਜੁਲਾਈ ਦੇ ਵਿੱਚ ਜਦੋਂ ਆਪਾਂ ਇਹ ਫਸਲ ਕੱਟਾਂਗੇ ਜਦੋਂ ਇਹ ਆਪਣੇ ਕੋਲੇ گارਲਿਕ ਆਊਗਾ ਤੇ ਇਵੇਂ ਹੀ ਤੁਸੀਂ ਆਓ ਅਗਲੇ ਸਾਲ ਇਹਨਾਂ ਦਿਨ ਮਤਲਬ ਮਈ ਜੂਨ ਦੇ ਵਿੱਚ ਜਦੋਂ ਤੁਸੀਂ ਇੱਥੇ ਆਓ ਕੱਲੇ ਆਪ ਨਾ ਆਓ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਹੋ ਸਕਦਾ ਦੁਆ ਕਰਦੇ ਆ ਕਿ ਆ ਕੋਵਿਡ ਵਗੈਰਾ ਖਤਮ ਹੋ ਜਾਈਓ ਤੱਕ ਪਰਿਵਾਰਾਂ ਦੇ ਨਾਲ ਆਓ ਆ ਜਿਹੜੀ ਗਰਾਊਂਡ ਆ ਸਾਰੀ ਅਸੀਂ ਬੱਚਿਆਂ ਦੇ ਖੇਡਣ ਵਾਸਤੇ ਬਣਾ ਦੇਣੀ ਐ ਇੱਥੇ ਨੈਟ ਵਗੈਰਾ ਲਾ ਦੇਾਂਗੇ ਮੈਂ ਹੁਣੇ ਚੌਹਾਨ ਸਾਹਿਬ ਨੂੰ ਦੱਸਦਾ ਸੀ ਕਿ ਉਹ ਜਿਹੜਾ ਢਿੱਲਾ ਤੁਹਾਨੂੰ ਦਿਸਦਾ ਉਹ ਅਸੀਂ ਕੋਸ਼ਿਸ਼ ਆ ਸਾਡੀ ਕਿ ਉਹਨੂੰ ਅਸੀਂ ਓਪਨ 에ਰ ਥੀਏਟਰ ਬਣਾ ਦਈਏ ਜਿਹੜੇ ਇੰਟੈਲੈਕਚੁਅਲ ਲੋਗ ਨੇ ਸਾਇਤ ਨਾਲ ਜੁੜੇ ਹੋਏ ਨੇ ਸਭਿਆਚਾਰ ਨਾਲ ਜੁੜੇ ਨੇ ਉਹ ਵੀ ਆਉਣ ਤੋ ਇਹੀ ਗੱਲ ਐ ਮੇਰਾ ਇੱਕ ਸ਼ੇਰ ਐ ਤੁਹਾਨੂੰ ਸੁਣਾ ਦਿੰਨਾ ਕਿ ਛੱਡ ਰਸਮਾਂ ਚ ਕੀ ਪਿਆ ਐਵੇਂ ਬੂਹਾ ਖੁੱਲਾ ਹੈ ਲੰਘਿਆ ਅੰਦਰ ਤੂੰ ਕੀ ਜਾਣੇ ਇਹਨਾਂ ਬਰੂਹਾਂ ਤੇ ਤੇਲ ਥਾਵੇਂ ਨੇ ਨੈਣ ਮੈਚ ਹੋਏ ਸੋ ਅਸੀਂ ਤਾਂ ਨੈਣ ਚੋਈ ਬੈਠੇ ਆ ਨੈਣਾਂ ਦੇ ਦੀਵੇ ਵਾਲੀ ਬੈਠੇ ਆ ਤੁਸੀਂ ਆਓ ਜੀ ਸਦਕੇ ਜੀ ਆਇਆਂ ਨੂੰ ਇਹ ਤੁਹਾਡੀ ਲੈਣ ਐ ਤੁਹਾਡੀ ਧਰਤੀ ਆ ਧੰਨਵਾਦ ਸੋ ਅੱਜ ਅਸੀਂ ਪਹੁੰਚੇ ਹਾਂ ਜੋਰਜਟਾਊਨ ਦੇ ਵਿੱਚ ਜੋਰਜਟਾਊਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਫਾਰਮ ਦੇ ਵਿੱਚ گارਲਿਕ ਦੀ ਆਰਗੇਨਿਕ ਗਾਰਲਿਕ ਦੀ ਖੇਤੀ ਹੋਣੀ ਹੈ ਸੋ ਅਸੀਂ ਆਉਣਿਆ ਦਿਨਾਂ ਵਿੱਚ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਸਾਡੀ ਸਮੁੱਚੀ ਟੀਮ ਵੱਲੋਂ ਤੇ ਸਾਰਿਆਂ ਨੂੰ ਤੁਹਾਨੂੰ ਦੀਵਾਲੀ ਦੀਆਂ ਬੰਦੀ ਛੋਟ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਣਾ ਧਿਆਨ ਰੱਖੋ ਦੂਜਿਆਂ ਧਿਆਨ ਰੱਖੋ